ਦਿਨ ਪ੍ਰਤੀ ਦਿਨ ਵੱਧ ਰਿਹਾ ਪ੍ਰਦੂਸ਼ਣ ਹਾਨੀਕਾਰਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਪੂਰੀ ਹੀ ਮਨੁੱਖਤਾ ਲਈ ਘਾਤਕ ਸਿੱਧ ਹੋ ਰਿਹਾ ਹੈ। ਪ੍ਰਦੂਸ਼ਣ ਕਾਰਨ ਮਨੁੱਖ ਨੂੰ ਹਾਰਟ ਅਟੈਕ, ਦਮਾ, ਅਲਰਜੀ ਅਤੇ ਸਾਹ ਦੇ ਰੋਗ ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਨੇ ਘੇਰਿਆ ਹੋਇਆ ਹੈ। ਇਸ ਪ੍ਰਦੂਸ਼ਣ ਰੂਪੀ ਦਾਨਵ ਤੋਂ ਛੁਟਕਾਰਾ ਦਿਵਾਉਣ ਦੇ ਲਈ ਰੁੱਖ ਸਾਡੇ ਮਦਦਗਾਰ ਹੋ ਸਕਦੇ ਹਨ। ਸਾਫ ਹਵਾ ਤੋਂ ਬਿਨਾਂ ਮਨੁੱਖੀ ਜੀਵਨ ਅਸੰਭਵ ਹੈ। ਸਾਡਾ ਆਲਾ ਦੁਆਲਾ ਰੁੱਖਾਂ ਕਾਰਨ ਹੀ ਸੁੰਦਰ ਹੈ। ਰੁੱਖਾਂ ਦੇ ਮਹੱਤਵ ਨੂੰ ਸਮਝਦੇ ਹੋਏ ਪਿੰਡ ਜੈਨਪੁਰ ਦੇ ਮੋੜ ਤੇ ਮਨੀਲਾ ਵਾਸੀ ਦਾਨੀ ਸੱਜਣਾ ਅਤੇ ਪਿੰਡ ਜੈਨਪੁਰ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਮੱਸਿਆ ਦੇ ਸ਼ੁਭ ਦਿਹਾੜੇ ਮੌਕੇ ਵੱਖ ਵੱਖ ਕਿਸਮਾਂ ਦੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਰੁੱਖਾਂ ਦੇ ਮਹੱਤਵ ਤੋਂ ਜਾਣੂ ਵੀ ਕਰਵਾਇਆ ਗਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘਟਾਉਣ ਦਾ ਸੁਨੇਹਾ ਦਿੱਤਾ ਗਿਆ। ਆਓ ਆਪਾਂ ਸਾਰੇ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਨੂੰ ਹਰ ਪਿੰਡ ਵਿੱਚ 550 ਬੂਟੇ ਲਗਾ ਕੇ ਮਨਾਉਣ ਦਾ ਯਤਨ ਕਰੀਏ। ਪਿੱਪਲ ਬੋਹੜ ਗਏ ਨੇ ਵੱਡੇ, ਪੰਛੀਆਂ ਜੋਗੇ ਰੁੱਖ ਨਹੀਂ ਛੱਡੇ। ਨਿੰਮ ਧਰੇਕਾਂ ਜਾਮਨ ਟਾਲੀ, ਸ੍ਰੀ ਦੂਤ ਬਿਨ ਧਰਤੀ ਖਾਲੀ। ਕਿੱਕਰ ਜੰਡ ਫਲਾ ਨਾ ਬੇਰੀ, ਪੰਛੀ ਕਿੱਦਾਂ ਪਾਵਣ ਫੇਰੀ। ਵੱਡੇ ਰੁੱਖ ਰਹੇ ਨਾ ਜਿੱਥੇ, ਪੰਛੀ ਆਲਣੇ ਪਾਵਣ ਕਿੱਥੇ। ਰੁੱਖਾਂ ਨਾਲ ਸ਼ਿੰਗਾਰੀ ਧਰਤੀ, ਲੱਗੇ ਬੜੀ ਪਿਆਰੀ ਧਰਤੀ। ਆਓ ਸਾਰੇ ਲਾਈਏ ਰੁੱਖ, ਜੀਵਨ ਵਿੱਚ ਜੇ ਲੈਣਾ ਸੁੱਖ। ਵੱਡੇ ਸਾਡੇ ਰੁੱਖ ਲਗਾ ਗਏ, ਫਲ ਫੁੱਲ ਸਾਡੀ ਝੋਲੀ ਪਾ ਗਏ। ਰੁੱਖਾਂ ਨੂੰ ਨਾ ਕੱਟੋ ਭਾਈ, ਕੁਝ ਤਾਂ ਨੇਕੀ ਖੱਟੋ ਭਾਈ। ਹਰਿਆਲੀ ਦੀ ਲਹਿਰ ਚਲਾਓ ਤੇ ਪ੍ਰਦੂਸ਼ਣ ਤੇ ਠੱਲ ਪਾਓ। ਕੁਦਰਤ ਕਿੰਜ ਬਣਾਏ ਰੁੱਖ, ਜੀਣਾ ਨੇ ਸਿਖਾਉਂਦੇ ਰੁੱਖ। ਆਪਣਾ ਕੌਣ ਪਰਾਇਆ ਲੋਕੋ, ਵਿਤਕਰਾ ਕਦੇ ਨਾ ਪਾਉਂਦੇ ਰੁੱਖ। ਪ੍ਰਦੂਸ਼ਣ ਨੂੰ ਜੜੋਂ ਮੁਕਾਈਏ, ਰੁੱਖ ਲਾ ਲਾ ਧਰਤੀ ਰੁਸ਼ਨਾਈਏ। ਵਾਤਾਵਰਨ ਨੂੰ ਸ਼ੁੱਧ ਬਣਾਈਏ, ਖਾਲੀ ਥਾਂ ਤੇ ਰੁੱਖ ਲਗਾਈਏ। ਕਿਹੜਾ ਜੀ ਦਿਓ ਬੁੱਧ ਕਿਹੜੇ ਅੰਬ ਦਾ?